ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅੱਜ ਸਵੇਰੇ ਅਸਮਾਨ ਦੇ ਵਿੱਚੋਂ ਲਾਪਤਾ ਹੋਏ ਹਵਾਈ ਜਹਾਜ਼ ਬਾਰੇ ਹੁਣ ਆਈ ਇਹ ਵੱਡੀ ਖਬਰ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਰੂਸ ਦਾ ਇੱਕ ਹਵਾਈ ਜਹਾਜ਼ ਸਮੁੰਦਰ ਦੇ ਵਿੱਚ ਕ੍ਰੈਸ਼ ਹੋਣ ਦੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਰੂਸ ਮੰਤralੇ ਨੇ ਜਾਣਕਾਰੀ ਦਿੱਤੀ ਹੈ ਕਿ 1969 ਤੋਂ 86 ਦੇ ਦੌਰਾਨ ਐਂਟੋਨੋਵ ਕੰਪਨੀ ਦੁਆਰਾ ਅਜਿਹੇ ਛੋਟੇ ਫੌਜੀ ਅਤੇ ਨਾਗਰਿਕ ਹਵਾਈ ਜਹਾਜ਼ ਤਿਆਰ ਕੀਤੇ ਗਏ। ਅਜਿਹਾ ਹੀ ਇੱਕ ਜਹਾਜ਼ ਜਿਸ ਦਾ ਫਲਾਈਟ ਨੰਬਰ AN36 ਸੀ ਵਿੱਚ 28 ਲੋਕ ਸਵਾਰ ਸਨ ਕਮ ਚਟਕਾ ਪੈਨਸੂਲਾ ਤੋਂ ਪਲਾਨਾ ਲਈ ਉਡਾਣ ਭਰ ਰਿਹਾ ਸੀ ਅਚਾਨਕ ਉਸ ਦਾ ਸੰਪਰਕ 에ਅਰ ਟ੍ਰੈਫਿਕ ਕੰਟਰੋਲ ਦੇ ਨਾਲ ਟੁੱਟ ਗਿਆ ਜਿਸ ਦੀ ਜਾਣਕਾਰੀ ਖੇਤਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਉਹਨਾਂ ਨੇ ਦੱਸਿਆ ਕਿ ਇਹ ਜਹਾਜ਼ ਸ਼ਾਇਦ ਸਮੁੰਦਰ ਦੇ ਵਿੱਚ ਕ੍ਰੈਸ਼ ਹੋ ਗਿਆ ਰਸ਼ੀਆ ਦੀ ਨਿਊਜ਼ ਏਜੰਸੀ ਇਹ ਏਐਫਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾਕ੍ਰਸਤ ਹੋਏ ਜਹਾਜ਼ ਵਿੱਚ ਪਾਇਲਟ ਅਤੇ ਬਾਕੀ ਕਰਮਚਾਰੀਆਂ ਦੀ ਗਿਣਤੀ 6 ਸੀ ਉੱਤੇ ਹੀ 22 ਲੋਕ ਇਸ ਦੇ ਵਿੱਚ ਸਫ਼ਰ ਕਰ ਰਹੇ ਸਨ ਜਿਨ੍ਹਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਸਨ ਇਹ ਟੀਐਸ ਐਮ ਨੂੰ ਇੱਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਸਮੁੰਦਰ ਦੇ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਜਦਕਿ ਇੱਕ ਹੋਰ ਨਿਊਜ਼ ਮੀਡੀਆ ਬੇਖ਼ਬਰੀ ਨੇ ਦੱਸਿਆ ਹੈ ਕਿ ਪਲਾਨਾ ਸ਼ਹਿਰ ਦੇ ਕੋਲੇ ਪੈਂਦੀ ਇੱਕ ਕੋਲੇ ਦੀ ਖਾਣ ਦੇ ਕੋਲੇ ਹੀ ਜਹਾਜ਼ ਦਾ ਮਲਬਾ ਪ੍ਰਾਪਤ ਹੋਇਆ ਉੱਥੇ ਜਾਂਚ ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਲਈ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਨਾਲ ਹੀ ਸਾਰੇ ਯਾਤਰੀਆਂ ਦੇ ਮਾਰੇ ਜਾਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ ਇੰਟਰਫਿਕਸ ਨਿਊਜ਼ ਏਜੰਸੀ ਨੇ ਮੌਸਮ ਵਿਭਾਗ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਸ਼ਾਇਦ ਖਰਾਬ ਮੌਸਮ ਦੀ ਵਜ੍ਹਾ ਨਾਲ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਧੰਨਵਾਦ